ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸੁਪਤਨੀ ਹੈ ਮਹਾਰਾਣੀ ਜਿੰਦ ਕੌਰ। ਐਸਾ ਸਮਾਂ ਆਇਆ ਵੀ ਰਾਜ ਭਾਗ ਖੁੱਸ ਗਿਆ, ਕਈ ਹਾਲਾਤ ਬਣਦੇ ਜ਼ਿੰਦਗੀ 'ਚ, ਪੁੱਤ ਵੀ ਵੱਖ ਕਰ ਲਿਆ, 7 ਸਾਲ ਇੰਗਲੈਂਡ, ਕਈ ਸਾਲ ਉੱਥੇ ਰਿਹਾ, ਉੱਥੇ ਪੜ੍ਹਿਆ, ਜਨ ਜੀਵਨ ਉੱਦਾਂ ਦਾ ਹੋ ਗਿਆ ਗੋਰਿਆਂ ਵਰਗਾ, ਅਤੇ ਮਾਂ ਤੋਂ ਕਰਤਾ ਦੂਰ। ਵੈਸੇ ਗੋਰੇ ਇੱਕ ਗੱਲ ਨੂੰ ਸਮਝਦੇ ਆ ਵੀ ਜੇ ਚੰਗੀ ਮਾਂ ਤੋਂ ਪੁੱਤ ਨੂੰ ਵੱਖ ਕਰ ਦਿੱਤਾ ਜਾਏ ਤਾਂ ਪੁੱਤ ਦੀ ਬੁੱਧੀ ਕੀ ਹੋ ਜਾਂਦੀ ਹੈ, ਭ੍ਰਿਸ਼ਟ ਹੋ ਜਾਂਦੀ ਹੈ, ਅਤੇ ਜੇ ਮਾਈ ਸਿਆਣੀ ਨਹੀਂ ਤਾਂ ਪੁੱਤ ਭਾਵੇਂ 50 ਸਾਲ ਗੋਦ 'ਚ ਬੈਠਾ ਰਹੇ। ਸਿਆਣੀਆਂ ਮਾਵਾਂ ਤੋਂ ਵਿਰੋਧੀ ਵੀ ਡਰਦੇ ਹੈ, ਤੁਹਾਨੂੰ ਨੋਚ ਨੋਚ ਕੇ ਖਾਣ ਵਾਲੇ ਵੀ ਡਰਦੇ ਹੈ। ਇਸ ਲਈ ਉਹਨਾਂ ਨੇ ਅੱਜ ਪੰਜਾਬ ਦੀ ਧਰਤੀ 'ਤੇ ਨਸ਼ਿਆਂ ਦੇ ਨਾਲ ਨਾਲ ਸਭ ਤੋਂ ਵੱਧ ਗੁੰਮਰਾਹ ਕਿਹਨੂੰ ਕੀਤਾ, ਪੰਜਾਬ ਦੀਆਂ ਮਾਵਾਂ ਨੂੰ, ਨਾਟਕਾਂ 'ਚ ਵਾੜਤਾ ਅਗਲਿਆਂ, ਨੱਚਣ ਗਾਉਣ ਵਾਲੇ ਪਾਸੇ ਲਾਤਾ। ਵੀ ਜੇ ਮਾਂ ਦੀ ਬੁੱਧੀ ਭ੍ਰਿਸ਼ਟ ਹੋ ਗਈ ਨਾ ਤਾਂ ਪੁੱਤ 'ਤੇ ਅਸਰ ਬਹੁਤ ਛੇਤੀ ਹੋ ਜਾਏਗਾ। ਜਿੰਨਾ ਮਰਜ਼ੀ ਜ਼ੋਰ ਪ੍ਰਚਾਰਕ ਲਾ ਲਏ, ਜਿੰਨੇ ਮਰਜ਼ੀ ਜ਼ੋਰ ਪ੍ਰਚਾਰ ਕਰਾਉਣ ਵਾਲੇ ਲਾ ਲੈਣ, ਗ੍ਰੰਥੀ ਸਿੰਘ ਲਾ ਲੈਣ, ਜਿੰਨਾ ਚਿਰ ਮਾਂ ਨਹੀਂ ਚਾਹੁੰਦੀ ਮੇਰਾ ਬੱਚਾ ਸਿੱਖ ਨਾ ਬਣੇ, ਦੁਨੀਆ ਦੀ ਕੋਈ ਤਾਕਤ ਉਹਨੂੰ ਸਿੱਖ ਨਹੀਂ ਬਣਾ ਸਕਦੀ। ਸਭ ਤੋਂ ਵੱਡਾ ਰੋਲ ਮਾਂ ਦਾ ਹੈ, ਸਭ ਤੋਂ ਵੱਡਾ ਰੋਲ। ਇਸੇ ਕਰਕੇ ਅੱਜ ਮਾਵਾਂ ਦੀ ਸੋਚ 'ਤੇ ਅਟੈਕ ਕਰ ਰਹੇ ਅਗਲੇ, ਮਾਵਾਂ ਦੀ ਸੋਚ 'ਤੇ ਬਹੁਤੀਆਂ ਸੋਚਾਂ ਨੂੰ ਪੰਡਿਤ ਖਾ ਗਏ। ਆ ਬਣੇ ਆ ਨਾ ਜ਼ਿਲ੍ਹਿਆਂ ਦੇ ਅੰਦਰ ਧਾਗੇ ਤਵੀਤਾਂ ਵਾਲਿਆਂ ਨੇ ਬਹੁਤੇ ਨੋਚ ਨੋਚ ਕੇ ਖਾ ਲਏ, ਪੰਡਿਤਾਂ ਨੇ ਗੁੰਮਰਾਹ ਕਰ ਲਈਆਂ। 4ਵੇਂ 5ਵੇਂ ਦਿਨ ਚੱਕ ਕੇ ਡੋਲੂ ਫਲਾਨੀ ਜਗ੍ਹਾ, ਪੰਡਿਤਾਂ ਦੇ ਜਾਂਦੀਆਂ ਬੀਬੀਆਂ, ਪੰਡਿਤ ਸਾਹਮਣੇ ਬੈਠਾ ਹੁੰਦਾ। ਪੰਡਿਤ ਕੋਈ ਜਾਤ ਨਹੀਂ ਹੈਗੀ, ਮਾਫ਼ ਕਰਨਾ, ਸਾਡੇ ਪਿੰਡਾਂ ਵਿੱਚ ਵੀ ਪੰਡਿਤਾਂ ਦੇ ਘਰ ਬਹੁਤ ਹੈ। ਪੰਡਿਤ ਉਹ ਹੈ ਜਿਹੜੇ ਲੋਕਾਂ ਨੂੰ ਪਖੰਡ 'ਚ ਪਾਉਂਦੇ ਹੈ, ਗੁੰਮਰਾਹ ਕਰਦੇ। ਉੱਦਾਂ ਹੋਰ ਸਾਡਾ ਕਿਸੇ ਪੰਡਿਤ ਨਾਲ ਕੋਈ ਵੈਰ ਨਹੀਂ ਹੈਗਾ। ਮਾਵਾਂ ਜਾਂਦੀਆਂ ਸਾਡੀਆਂ, ਉਹ ਪਤਾ ਕੀ ਕਹਿੰਦਾ ਅੱਗੇ ਸੁਣਿਓ, ਕਿਵੇਂ ਗੁੰਮਰਾਹ ਕੀਤਾ ਜਾਂਦਾ ਸਾਡੀਆਂ ਮਾਵਾਂ ਭੈਣਾਂ ਨੂੰ। ਕਹਿੰਦਾ, ਬੀਬੀ ਤੂੰ ਤਾਂ ਬੜੀ ਸਿਆਣੀ ਆ, ਤੂੰ ਤਾਂ ਬਾਹਲੀ ਭੋਲੀ ਭਾਲੀ ਆ, ਤੂੰ ਤਾਂ ਬਾਹਲੀ ਚੰਗੀ ਬੀਬੀ ਆ ਤੂੰ ਤਾਂ, ਪਰ ਇਹ ਜਿਹੜਾ ਸਾਰਾ ਕੀਤਾ ਕਰਾਇਆ ਨਾ, ਇਹ ਤੁਹਾਡੇ ਗੁਆਂਢੀਆਂ ਦਾ ਸਾਰਾ ਕੁਝ ਕੀਤਾ। ਤੁਹਾਡੇ ਘਰ 'ਚ ਪਵਾੜੇ ਪਾਏ, ਤੇਰਾ ਮੁੰਡਾ ਬਾਹਰ ਨਹੀਂ ਗਿਆ, ਤੇਰੇ ਘਰ ਵਾਲਾ ਸ਼ਰਾਬ ਨਹੀਂ, ਯਾਨੀ ਕਿ ਭੈਣ ਦਾ ਗੁੱਸਾ ਸਾਰਾ ਕਿਹਦੇ 'ਤੇ ਲੱਦ ਦਿੰਦੇ ਆ, ਗੁਆਂਢੀਆਂ ਦੇ ਘਰ 'ਤੇ। ਕਲੇਸ਼ ਪੈ ਗਏ ਕਿ ਨਹੀਂ ਪੈ ਗਏ? ਜਾਂ ਕਹਿਣਗੇ ਵੀ ਜਿਹਨੇ ਤੁਹਾਡੇ ਘਰ 'ਤੇ ਕੁਝ ਕੀਤਾ, ਉਹਦੇ ਪੀਲਾ ਸੂਟ ਪਾਇਆ, 9 ਵਜੇ ਤੁਹਾਡੇ ਦਰਵਾਜ਼ੇ ਕੋਲ ਦੀ ਲੰਘੇਗੀ, ਅਤੇ ਸਮਝ ਲਓ ਵੀ ਉਹਨੇ ਘਰ ਪੱਟਿਆ ਤੁਹਾਡਾ। ਮੈਂ ਸੋਚਦਾ ਵੀ ਜਿਹੜੀ ਭੈਣ ਨੇ ਕਦੇ ਕੁਦਰਤੀ ਉਸ ਰੰਗ ਦਾ ਸੂਟ ਪਾ ਲਿਆ, ਦਰਵਾਜ਼ੇ ਮੂਹਰ ਦੀ ਲੰਘ ਲਈ, ਕਲੇਸ਼ ਪੈ ਗਿਆ, ਫਰਕ ਪੈ ਗਿਆ, ਵੰਡੇ ਗਏ ਅਸੀਂ। ਇਵੇਂ ਨਹੀਂ ਹੋਇਆ, ਇਵੇਂ ਹੋਇਆ, ਐਂ ਵੰਡਦੇ ਘਰ, ਪਿੰਡਾਂ ਦੇ ਪਿੰਡ, 4-4, 5-5 ਘਰ ਐਂ ਵੰਡੇ ਹੋਏ ਹੈ, ਅਤੇ ਕਸੂਰ ਉਹਨੇ ਕੱਢਣਾ ਕਿਸੇ 'ਚ, ਨਾਲੇ ਲੈ ਲੈਣਾ 2,000-2,500 ਰੁਪਈਆ, ਅਤੇ ਨਾਲੇ ਕਹੀ ਜਾਣਾ ਬਸ ਫਿਕਰ ਨਾ ਕਰੋ, ਉੱਦਾਂ ਮੈਂ ਬੈਠਾ, ਸਭ ਸ਼ਨਿਚਰ ਸ਼ਨੀ ਮੈਂ ਲਾਹ ਦੇਣੇ ਤੁਹਾਡੇ ਤੋਂ, ਤੁਹਾਨੂੰ ਹਵਨ ਕਰਾਉਣਾ ਪੈਣਾ, ਇੰਨਾ ਪੈਸੇ ਦੇ ਜਾਓ, ਤੁਹਾਡਾ ਹੱਲ ਹੋ ਜੂ। ਭੈਣ ਮਾਰੀ ਦੀ ਵਿਚਾਰੇ ਵੀ ਜਿਹੜੇ ਸ਼ਨੀ ਹੋਣੀ ਸਾਡੇ ਪਿੱਛੇ ਛੱਡੇ ਆ, ਉਹਨਾਂ ਨੂੰ ਲਾਉਣਾ ਤਾਂ ਪੈਣਾ ਹੀ ਆ, ਉਹਨਾਂ ਟਾਲਣਾ ਤਾਂ ਪੈਣਾ ਹੀ ਆ, ਉਹ ਵਿਚਾਰੀਆਂ 2,000-2,500 ਉੱਥੇ ਜੇਬ 'ਚ ਪਾ ਆਉਂਦੀਆਂ। ਇੱਕ ਅੱਛਾ 2,500 ਕਿੰਨੀ ਬਰਬਾਦੀ, ਇੱਕ ਤਾਂ ਪੈਸੇ ਦੀ ਬਰਬਾਦੀ ਹੋਈ, ਇੱਕ ਸਮੇਂ ਦੀ ਬਰਬਾਦੀ, ਅਤੇ ਸਭ ਤੋਂ ਵੱਡਾ ਨੁਕਸਾਨ ਕੀ ਹੋਇਆ ਦੱਸਿਓ ਭੈਣ ਮੇਰੀਆਂ, ਸਭ ਤੋਂ ਵੱਡਾ ਸਮਾਪਤੀ ਕਰਨੀ। ਮੈਂ ਬਹੁਤ ਚਿਰ ਦੇ ਬੈਠੇ, ਤੁਸੀਂ ਰਾਗੀ ਸਿੰਘਾਂ ਵੀ ਕੀਰਤਨ ਕੀਤਾ, ਸਭ ਤੋਂ ਵੱਡੀ ਬਰਬਾਦੀ ਕੀ ਹੋਈ ਜੀ? ਜਿਹੜੇ ਪਿੰਡ 'ਚ ਰਹਿੰਦੇ ਸੀ, ਜਿਨ੍ਹਾਂ ਦੇ ਮੱਥੇ ਲੱਗਦੇ ਸੀ, ਜਿਨ੍ਹਾਂ ਨਾਲ ਦੁੱਖ ਸੁੱਖ ਸਾਂਝੇ ਸੀ, ਉਹਨਾਂ ਨਾਲ ਕੀ ਪਾ ਲਿਆ ਅਸੀਂ? ਮੁੱਲ ਵੈਰ ਪਾ ਲਿਆ ਉਹਨਾਂ ਨਾਲ। ਅੱਛਾ, ਮੈਂ ਸੋਚਦਾ ਇਹ ਤਾਂ ਭੈਣਾਂ ਸੂਝਵਾਨ ਆ ਜਿਹੜੀਆਂ ਗੁਰੂ ਦੀ ਗੋਦ 'ਚ ਆਈਆਂ, ਜਿਹੜੀਆਂ ਚੱਲ ਕੇ ਆ ਗਈਆਂ ਵੀ ਅੱਜ ਪ੍ਰਚਾਰ ਹੋ ਰਿਹਾ, ਚੱਲੀਏ। ਮੈਂ ਸੋਚਦਾ ਜੇ ਪੰਡਿਤਾਂ ਕੋਲ, ਪਖੰਡੀਆਂ ਕੋਲ ਜਾਣ ਦੀ ਬਜਾਏ ਤੁਸੀਂ ਗੁਰੂ ਕੋਲ ਆਓ, ਫਰਕ ਕੀ ਹੈ ਉੱਥੋਂ ਦਾ ਅਤੇ ਇੱਥੋਂ ਦਾ? ਨੰਬਰ 1, ਗੋਲਕ ਵਿੱਚ ਰੁਪਈਆ ਤੁਸੀਂ ਆਪਣੀ ਦੱਸੋ ਜੀ ਮਰਜ਼ੀ ਨਾ ਪਾਉਣਾ, ਫਾਇਦਾ ਇਹ ਆ, ਪਹਿਲਾ ਪੜਦੇ ਨਾਲ ਗੋਲਕ ਬਣੀ ਹੈ, ਤੁਹਾਡੀ ਗੁੰਜਾਇਸ਼ 5 ਦੀ ਹੈ, 5 ਪਾਓ, 10 ਦੀ ਗੁੰਜਾਇਸ਼ ਆ 10 ਪਾਓ, ਤੁਹਾਡੀ ਗੁੰਜਾਇਸ਼ ਮੁਤਾਬਕ ਹੀ ਹੈ। ਯਾਨੀ ਕਿ ਡਿਮਾਂਡ ਕੋਈ ਨਹੀਂ ਗੁਰੂ ਦੀ ਵੀ ਮੈਂ ਆਹ ਲੈਣਾ, ਜਿੰਨੀ ਸਿੱਖ ਦੀ ਸਮਰੱਥਾ ਉਹ ਭੇਟ ਕਰੇ। ਨੰਬਰ 2, ਗੁਰੂ ਨੇ ਇਹ ਨਹੀਂ ਕਹਿਣਾ ਗਵਾਂਢੀ ਮਾੜੇ ਆ,
ਗੁਰੂ ਨੇ ਇਹ ਨਹੀਂ ਕਹਿਣਾ ਵੀ ਗਵਾਂਢੀਆਂ ਨੇ ਕੁਝ ਕੀਤਾ ਜਾਂ ਤੁਹਾਡੇ ਘਰਦਿਆਂ ਨੇ। ਗੁਰਬਾਣੀ ਨੇ ਕੀ ਕਹਿਣਾ? ਨੁਕਸ ਕਿੱਥੇ ਹੈ? ਗੁਰੂ ਨੁਕਸ ਕਿੱਥੇ ਕੱਢੂਗਾ ਜੀ, ਦੱਸਿਓ ਜ਼ਰਾ। ਸਤਿਗੁਰ ਨੇ ਕਿੱਥੇ ਕਹਿਣਾ ਵੀ ਭਾਈ ਕੀ ਸਮੱਸਿਆ ਹੈ ਜਿਹਦੇ ਕਰਕੇ ਤੁਹਾਡੇ ਘਰ 'ਚ ਕਲੇਸ਼ ਹੈ, ਲੜਾਈ ਹੈ, ਵੈਰ ਪਿਆ, ਕਾਰਨ ਕੀ ਹੈਗਾ? ਗੁਰੂ ਕੀ ਦੱਸੇਗਾ? ਇਹ ਵੈਦ ਗੁਰੂ ਕੀ ਕਹੇਗਾ ਸਾਨੂੰ? ਬਾਪੂ ਨੇ ਤਾਂ ਫਿਰ ਇਹੀ ਜਵਾਬ ਦੇਣਾ, ਸੁਣਿਓ। ਹਮ ਅਵਗਣ ਭਰੇ ਇੱਕ ਗੁਣ ਨਾਹੀਂ, ਤੇਰੇ 'ਚ ਕਮੀਆਂ ਤੇਰੇ 'ਚ ਘਾਟਾਂ, ਕੋਈ ਦੂਜਾ ਕੱਖ ਨਹੀਂ ਕਰ ਸਕਦਾ ਜੇ ਤੂੰ ਜੁੜਿਆ ਹੋਏਗਾ। ਕਿਹੜਾ ਪੱਤਾ ਟੁੱਟਦਾ ਦਰਖਤ ਨਾਲੋਂ ਜੀ? ਜਿਹੜਾ ਕਮਜ਼ੋਰ ਹੈ, ਟਾਹਣੀ ਨਾਲੋਂ ਟੁੱਟ ਗਿਆ, ਹਵਾਵਾਂ ਦੇ ਵਿੱਚ ਵੀ ਉਹੀ ਵਹਿੰਦਾ, ਉਹੀ ਨਾਲੀਆਂ 'ਚ ਜਾਂਦਾ, ਉਹੀ ਸੁੱਕਦਾ। ਜਿਹੜਾ ਦਰਖਤ ਨਾਲ ਜੁੜਿਆ ਉਹਨੂੰ ਕਿਸੇ ਚੀਜ਼ ਦੀ ਕੋਈ ਕਮਜ਼ੋਰੀ ਜਾਂ ਘਾਟ ਨਹੀਂ ਆਉਂਦੀ। ਗੁਰੂ ਨੇ ਤਾਂ ਇਹੀ ਕਹਿਣਾ, ਹਮ ਅਵਗਣ ਭਰੇ ਇੱਕ ਗੁਣ ਨਾਹੀਂ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਤੂੰ ਅੰਮ੍ਰਿਤ ਛੱਡ ਕੇ ਜ਼ਹਿਰ ਖਾਣ ਲੱਗ ਗਿਆ। ਗੁਰੂ ਨੇ ਸਾਡੇ ਕਚੂਰ ਕਸੂਰ ਕੱਢਣਾ, ਦੱਦਾ ਦੋਸ਼ ਨਾ ਦਿਉਂ ਕਿਸੈ, ਦੋਸ਼ ਕਰਮਾਂ ਆਪਣਿਆਂ, ਕਿਸੇ 'ਚ ਦੋਸ਼ ਨਾ ਕੱਢ, ਕਸੂਰ ਬੰਦਿਆਂ ਤੇਰੇ 'ਚ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ, ਫਰੀਦਾ ਲੋੜੇ ਦਾ ਕਬਜ਼ੋਰੀਆਂ ਕਿੱਕਰ ਬੀਜੈ, ਜੱਟ ਹੰਡਾ ਉਨ ਕਤਾਏ ਦਾ ਪਹਿੰਦਾ ਲੋੜੇ ਪੱਟ। ਨਾ ਪੈਸਾ ਲੱਗਿਆ, ਮੁਕਤ ਵਿੱਚ ਇਲਾਜ ਹੋ ਗਿਆ। ਵੀ ਆਪਣੇ ਆਪ ਨੂੰ ਸੁਧਾਰ ਲਾ, ਆਪ ਸਵਾਰ ਹੈ, ਮੈਂ ਮਿਲਿਆ ਸੁੱਖ। ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜੱਗ ਤੇਰਾ ਹੋਏ। ਆਪਣੇ ਆਪ ਨੂੰ ਸਵਾਰ ਲਾ, ਸਾਰਾ ਕੁਝ ਸਹੀ ਹੈ, ਪਰ ਕਲੇਸ਼ ਪੈ ਗਏ, ਲੜਾਈਆਂ ਪੈ ਗਈਆਂ, ਝਗੜੇ ਪੈ ਗਏ, ਵਖਰੇਵੇਂ, ਈਰਖਾ ਸਾੜਾ ਵੱਧ ਗਿਆ ਸਾਡੇ ਪਿੰਡਾਂ 'ਚ। ਮੈਂ ਜ਼ਿਕਰ ਕਰ ਰਿਹਾ ਸੀ ਮਹਾਰਾਣੀ ਜਿੰਦ ਕੌਰ, ਸਾਡੀਆਂ ਮਾਵਾਂ ਵਰਗੀ ਮਾਂ ਨਹੀਂ ਸੀ ਨਾ, ਨਾ ਤਾਂ ਕਿਸੇ ਪਖੰਡ 'ਚ ਫਸੀ ਸੀ, ਨਾ ਕਿਸੇ ਭਰਮ 'ਚ ਸੀ, ਆਜ਼ਾਦ ਸੀ। ਕਈ ਸਾਲਾਂ ਬਾਅਦ ਸ਼ੇਰੇ ਪੰਜਾਬ ਮਹਾਰਾਜਾ ਦੇ ਪੁੱਤਰ ਦਲੀਪ ਸਿੰਘ ਨੂੰ ਮਿਲੀ, ਆਪਣੇ ਬੱਚੇ ਨੂੰ ਮਿਲੀ। ਕਈਆਂ ਸਾਲਾਂ ਬਾਅਦ ਇੱਧਰ ਅੰਗਰੇਜ਼ ਖੜ੍ਹੇ ਹੈ, ਸਾਹਮਣੇ ਦਲੀਪ ਸਿੰਘ ਖੜ੍ਹਾ। ਮਾਂ ਅੰਨੀ ਹੋ ਚੁੱਕੀ ਹੈ, ਘਰ ਉੱਜੜ ਗਿਆ, ਰਾਜ ਭਾਗ ਖੁੱਸ ਗਿਆ, ਪੈਰੀ ਜੋੜਾ ਨਹੀਂ, ਕੱਪੜੇ ਪਾਟੇ ਹੋਏ ਆ, ਸਰੀਰ ਕਮਜ਼ੋਰ ਹੋਇਆ, ਲਹੂ ਲਹਾਣ ਹੋਈ ਪਈ ਹੈ। ਕੋਲੇ ਆ ਕੇ ਦਲੀਪ ਸਿੰਘ ਆਪਣੀ ਮਾਂ ਦੇ ਫਤਿਹ ਬੁਲਾਉਂਦਾ, ਆਪਣੇ ਬੱਚੇ ਦੀ ਆਵਾਜ਼ ਸੁਣਦੀ ਹੈ ਮਹਾਰਾਣੀ ਜਿੰਦ ਕੌਰ, ਅਤੇ ਘੁੱਟ ਕੇ ਕਲੇਜੇ ਨਾਲ ਲਾ ਲੈਂਦੀ ਹੈ। ਜਦੋਂ ਘੁੱਟ ਕਲੇਜੇ ਲਾਇਆ ਨਾ, ਤਾਂ ਖਿਸਕਦਾ ਖਿਸਕਦਾ ਹੱਥ ਆਪਣੇ ਬੱਚੇ ਦੇ ਸਿਰ 'ਤੇ ਚਲਿਆ ਗਿਆ। ਜਦੋਂ ਵੇਖਿਆ ਵੀ ਮੇਰੇ ਬੱਚੇ ਦੇ ਸਿਰ 'ਤੇ ਦਸਤਾਰ ਨਹੀਂ ਹੈਗੀ ਨਾ, ਧੱਕ ਕੇ ਮਹਾਰਾਣੀ ਜਿੰਦ ਕੌਰ ਨੇ ਆਪਣੇ ਬੱਚੇ ਨੂੰ ਪਿੱਛੇ ਧੱਕ ਕੇ ਮਾਰਿਆ। ਅੱਗਿਓਂ ਦਲੀਪ ਸਿੰਘ ਨੇ ਆਖਿਆ ਵੀ ਮਾਂ ਮੈਨੂੰ ਪਹਿਚਾਣਿਆ ਨਹੀਂ ਤੂੰ, ਮੈਂ ਤੇਰਾ ਬੱਚਾ ਸਰਦਾਰ ਦਲੀਪ ਸਿੰਘ ਆ, ਜਿਹੜਾ ਤੇਰੀ ਕੋਖ 'ਚ ਪੈਦਾ ਹੋਇਆ, ਜਿਹੜਾ ਤੇਰੀ ਗੋਦ 'ਚ ਖੇਡਿਆ, ਤੇਰੀ ਕੁੱਖ 'ਚੋਂ ਜਿਹਨੇ ਜਨਮ ਲਿਆ, ਮੈਂ ਤੇਰਾ ਪੁੱਤਰ ਹਾਂ ਮਾਂ। ਆਂਦੀ ਨਹੀਂ, ਤੂੰ ਮੇਰਾ ਬੱਚਾ ਨਹੀਂ ਹੋ ਸਕਦਾ, ਤੂੰ ਮੇਰਾ ਪੁੱਤ ਨਹੀਂ ਹੋ ਸਕਦਾ। ਆਂਦਾ ਮਾਂ ਠੀਕ ਹੈ, ਤੂੰ ਅੰਨੀ ਆ, ਹੋ ਸਕਦਾ ਤੈਨੂੰ ਇਸ ਕਰਕੇ ਆਪਣੇ ਬੱਚੇ ਦੀ ਪਹਿਚਾਣ ਨਾ ਆਈ ਹੋਵੇ। ਅਤੇ ਅੱਗੋਂ ਮਹਾਰਾਣੀ ਜਿੰਦ ਕੌਰ ਨੇ ਕਿਹਾ, ਦਲੀਪ ਸਿੰਘ ਆ, ਇਹ ਸਹੀ ਗੱਲ ਆ ਵੀ ਮਹਾਰਾਣੀ ਜਿੰਦ ਕੌਰ ਅੱਜ ਅੱਖਾਂ ਤੋਂ ਅੰਨੀ ਹੈ, ਪਰ ਸੁਰਤੀ ਦੀਆਂ ਅੱਖਾਂ 'ਤੇ ਮੇਰੀਆਂ ਅੱਜ ਵੀ ਜਿਉਂਦੀਆਂ ਜਾਗਦੀਆਂ ਆ। ਮੇਰੀ ਸੁਰਤ ਕਹਿੰਦੀ ਆ ਵੀ ਤੂੰ ਮੇਰਾ ਪੁੱਤ ਨਹੀਂ ਹੈਗਾ। ਬੱਚਾ ਰੋ ਰੋ ਕੇ ਕਹਿੰਦਾ, ਮਾਂ ਪੁੱਤ ਨੂੰ ਪਹਿਚਾਣ ਨਹੀਂ ਰਹੀ, ਜਨਮ ਦੇਣ ਵਾਲੀ ਕਿਵੇਂ ਭੁੱਲ ਸਕਦੀ ਹੈ, ਪੈਦਾ ਕਰਨ ਵਾਲੀ ਕਿਵੇਂ ਭੁੱਲ ਸਕਦੀ ਹੈ, ਖੜਾਉਣ ਵਾਲੀ ਕਿਵੇਂ ਭੁੱਲ ਸਕਦੀ ਹੈ, ਆਪਣਾ ਦੁੱਧ ਚੁੰਘਾਉਣ ਵਾਲੀ ਆਪਣੇ ਬੱਚੇ ਨੂੰ ਕਿਵੇਂ ਭੁੱਲ ਸਕਦੀ ਹੈ। ਬੋਲੀ ਗਿਆ, ਆਂਦਾ ਮਾਂ ਤੂੰ ਸੁਰਤੀ 'ਚੋਂ ਵੀ ਇੰਨੀ ਹੋ ਗਈ? ਕਹਿੰਦੀ, ਨਹੀਂ ਪੁੱਤਰਾ, ਜੇ ਤੂੰ ਮੇਰਾ ਦਲੀਪ ਸਿੰਘ ਹੁੰਦਾ ਨਾ, ਤੂੰ ਕਲੰਗੀ ਧਰ ਦਾ ਦਿੱਤਾ ਹੋਇਆ ਸਨਮਾਨ ਇਹਨਾਂ ਗੋਰਿਆਂ ਦੇ ਪੈਰਾਂ 'ਚ ਸੁੱਟ ਕੇ ਨਾ ਆਉਂਦਾ, ਤੂੰ ਮੇਰਾ ਬੱਚਾ ਨਹੀਂ ਹੈਗਾ। ਆਂਦਾ ਮਾਂ ਇੰਨੀ ਕੁ ਗੱਲ ਪਿੱਛੇ? ਆਂਦਾ ਨਹੀਂ ਨਹੀਂ ਪੁੱਤ, ਗੱਲ ਇੰਨੀ ਨਹੀਂ, ਇਹ ਗੱਲ ਬਹੁਤ ਵੱਡੀ ਹੈ। ਅਤੇ ਕੋਲੇ ਅੰਗਰੇਜ਼ ਖੜ੍ਹਾ ਸੀ ਇੱਕ, ਕਹਿੰਦਾ ਤੂੰ ਕਹਿੰਦੀ ਆ ਵੀ ਮੇਰੇ ਬੱਚੇ ਨੇ ਕਕਾਰ ਲਾਏ ਆ, ਕੇਸ ਕਤਲ ਕਰਾਏ ਆ, ਤੇਰੀ ਜਾਣਕਾਰੀ 'ਚ ਵਾਧਾ ਕਰੀਏ ਜਿੰਦ ਕੌਰੇ, ਤੇਰਾ ਬੱਚਾ ਤਾਂ ਹੁਣ ਅਸਾਈ ਬਣ ਗਿਆ। ਮਾਂ ਨੇ ਜਦੋਂ ਇੰਨੀ ਗੱਲ ਸੁਣੀ ਤਾਂ ਕਲੇਜਾ ਬਾਹਰ ਆ ਗਿਆ।
ਸਾਡੇ ਪਿੰਡਾਂ 'ਚ ਵੀ ਗਿਰਜਾਘਰ ਪੰਜਾਬ 'ਚ ਬਣਦੇ ਜਾਂਦੇ, ਸਾਨੂੰ ਕੋਈ ਫਿਕਰ ਨਹੀਂ ਇਸ ਗੱਲ ਦਾ। ਮਹਾਰਾਣੀ ਜਿੰਦ ਕੌਰ ਹੋਵੇ ਤਾਂ ਫਿਕਰ ਕਰੇ, ਜੇ ਮਹਾਰਾਣੀ ਜਿੰਦ ਕੌਰ ਵਰਗਾ ਹਿਰਦਾ ਹੋਵੇ ਤਾਂ ਫਿਕਰ ਕਰੇ ਵੀ ਇਹ ਕੀ ਹੋ ਰਿਹਾ ਹੈ, ਵੀ ਪੰਜਾਬ ਗੁਰੂਆਂ ਦਾ ਕਲਗੀ ਧਰਦਾ ਪੰਜਾਬ, ਪੰਜਾਬ ਨੂੰ ਜਿਉਂਦਿਆਂ ਜਾਗਦਾ ਗੁਰੂਆਂ ਨੇ ਕੀਤਾ, ਅਤੇ ਸਾਨੂੰ ਹੋਰਾਂ ਅੱਗੇ ਹੱਥ ਅੱਡਣ ਦੀ ਲੋੜ ਕੀ ਰਹਿ ਗਈ। ਇਹ ਫਿਕਰ ਉਸ ਜਿੰਦ ਕੌਰ ਨੂੰ ਆ ਜਿਹੜੀ ਸਾਡੇ ਦਿਲਾਂ ਦਿਮਾਗਾਂ 'ਚੋਂ ਖੋਰਤੀ ਅਗਲਿਆਂ ਨੇ, ਜਿਹੜੀ ਜਿੰਦ ਕੌਰ ਦਾ ਅਕਸ਼ ਸਾਡੇ ਦਿਲਾਂ ਦਿਮਾਗਾਂ 'ਚੋਂ ਖਤਮ ਕਰ ਦਿੱਤਾ ਨਾ, ਉਹ ਫਿਕਰ ਰਿਹਾ ਹੀ ਨਹੀਂ ਸਾਨੂੰ। ਸਾਡੇ ਦਿਮਾਗਾਂ 'ਚ ਤਾਂ ਹੋਰ ਹੀ ਕੁਝ ਚੱਲੀ ਜਾਂਦਾ ਹੈ। ਉਹ ਸਮਾਨ ਨੂੰ ਇੱਕੋ ਹੀ ਫਿਕਰ ਆ ਵੀ ਮੇਰਾ ਬੱਚਾ ਅਸਾਈ ਕਿਉਂ ਬਣ ਗਿਆ, ਅਤੇ ਗੋਰੇ ਹੱਸਦੇ ਆ ਕਹਿੰਦੇ ਵੇਖਿਆ ਬਦਲ ਗਿਆ ਨਾ ਤੇਰਾ ਪੁੱਤ। ਅਤੇ ਅੰਨੀ ਹੋਈ ਮਾਂ ਆਪਣੇ ਬੱਚੇ ਨੂੰ ਦੋ ਸ਼ਬਦ ਕਹਿੰਦੀ ਆ, ਮੈਂ ਕਵਿਤਾ ਦੇ ਬੋਲ ਤੁਹਾਡੇ ਸਾਹਮਣੇ ਰੱਖ ਕੇ ਖਿਮਾ ਮੰਗਣੀ ਆ। ਉਹ ਬੋਲ ਪਤਾ ਕਿਹੜੇ ਸੀ, ਗੱਲ ਕਿੱਥੋਂ ਚੱਲੀ ਸੀ, ਪ੍ਰੇਮ ਦੀ ਗੱਲ ਹੈ। ਪ੍ਰੇਮ ਨਾਲ ਰੱਬ ਮਿਲਦਾ, ਪ੍ਰੇਮ ਨਾਲ ਗੁਰੂ ਮਿਲਦਾ, ਅਤੇ ਪ੍ਰੇਮ ਨਾਲ ਹੀ ਅਸੀਂ ਕਿਸੇ ਨੂੰ ਬਦਲ ਸਕਦੇ ਹਾਂ ਜੇ ਬਦਲਿਆ ਜਾ ਸਕਦਾ ਹੈ। ਤਾਂ ਕੀ ਸ਼ਬਦ ਵਰਤੇ, ਵੇ ਤੂੰ ਪੁੱਤ ਸੈ ਸੰਤ ਸਿਪਾਹੀਆਂ ਦਾ, ਪਹਿਲਾ ਹੀ ਸ਼ਬਦ ਵਰਤਿਆ, ਤੂੰ ਕਿਹਦਾ ਪੁੱਤਰ ਆ, ਸੰਤ ਅਤੇ ਸਿਪਾਹੀ ਦਾ। ਤੇਰਿਆਂ ਬਜ਼ੁਰਗਾਂ ਦੇ ਅੰਦਰ ਸੰਤਤਾਈ ਵੀ ਹੈਗੀ ਆ ਅਤੇ ਤੇਰਿਆਂ ਬਜ਼ੁਰਗਾਂ ਦੇ ਅੰਦਰ ਸਿਪਾਹੀ ਵੀ ਹੈਗਾ। ਤੇਰੇ ਬਜ਼ੁਰਗ ਕਿਰਪਾਨ ਨਾਲ ਜ਼ੁਲਮ ਦਾ ਖਾਤਮਾ ਵੀ ਕਰ ਸਕਦੇ ਆ, ਜ਼ੁਲਮ ਦੇ ਖਾਤਮੇ ਲਈ ਜੇ ਤਵੀ 'ਤੇ ਬਹਿਣਾ ਪਏ, ਦਲੀਪ ਸਿੰਘ ਆ ਉਹ ਵੀ ਪਿੱਛੇ ਨਹੀਂ ਹਟਦੇ। ਇੱਕ ਤਾਂ ਪਿਓ ਅਤੇ ਦਾਦਿਆਂ ਦਾ ਅਕਸ਼ ਇੱਕ ਵਾਰ ਦਲੀਪ ਸਿੰਘ ਦੇ ਮੂਹਰੇ ਲਿਆ ਕੇ ਵੀ ਤੂੰ ਇਹਨਾਂ ਦਾ ਵਾਰਸ ਹੈ, ਤੇਰਾ ਬਾਪ ਆ, ਤੇਰਾ ਪੜਦਾਦਾ, ਤੇਰਾ ਦਾਦਾ। ਵੇ ਤੂੰ ਪੁੱਤ ਸੈ ਸੰਤ ਸਿਪਾਹੀਆਂ ਦਾ, ਤੇਰੇ ਗਾਤਰੇ ਪਾਈ ਕਿਰਪਾਨ ਹੈ ਨਹੀਂ। ਖੋਵੇ ਗੁਰੂ ਗੋਬਿੰਦ ਸਿੰਘ ਦਾ ਪੁੱਤ ਅਤੇ ਗਾਤਰਾ ਤੇਰੇ ਸਰੀਰ 'ਤੇ ਨਾ ਫੱਬਦਾ ਹੋਵੇ ਤਾਂ ਕਿੱਡੀ ਮਾੜੀ ਗੱਲ ਹੈ। ਹੁਣ ਗਾਤਰੇ ਦਾ ਵੀ ਕੀ ਫਿਕਰ ਕਰਾਂ, ਤੂੰ ਤਾਂ ਪੰਜ ਕਕਾਰ ਹੀ ਲਾਹ ਆਇਆ ਇੰਗਲੈਂਡ ਦੀ ਧਰਤੀ 'ਤੇ ਜਾ ਕੇ। ਕੰਘਾ ਕੜਾ ਕੇਸ਼ ਕਿਰਪਾਨ, ਸਿੱਖੀ ਚਿੰਨ੍ਹਾਂ ਦਾ ਕੋਈ ਨਿਸ਼ਾਨ ਹੈ ਨਹੀਂ। ਕੋਈ ਰਿਹਾ ਹੀ ਨਹੀਂ ਨਿਸ਼ਾਨ, ਸਾਰਿਆਂ ਨਿਸ਼ਾਨਾਂ ਨੂੰ ਆਪਣੇ ਆਪ ਤੋਂ ਜੁਦਾ ਕਰ ਦਿੱਤਾ। ਅਗਲੇ ਸ਼ਬਦ ਨਾਲ ਝੰਜੋੜਦੇ ਆ ਬੱਚੇ ਨੂੰ। ਮੈਂ ਸੋਚਦਾ ਕਾਸ਼ ਹਰ ਮਾਂ ਦੇ ਅੰਦਰੋਂ ਇਹ ਸ਼ਬਦ ਨਿਕਲਣ, ਹਰੇਕ ਮਾਂ ਦੇ ਅੰਦਰੋਂ ਇਹ ਵੇਦਨਾ ਨਿਕਲੇ, ਇਹ ਭਾਵਨਾ ਨਿਕਲੇ। ਅਤੇ ਸ਼ਬਦ ਤਾਂ ਉਹੀ ਨਿਕਲਣਗੇ ਨਾ ਜੋ ਅੰਦਰ ਗਿਆ, ਪਾਈ ਅਸੀਂ ਅੰਦਰ ਹੋਰ ਕੋ ਜਾਂਦੇ, ਜੋ ਪਾਈ ਜਾਂਦੇ ਉਹੀ ਨਿਕਲਣਾ, ਜੋ ਅੰਦਰ ਜਾਂਦਾ ਉਹੀ ਬਾਹਰ ਆਉਣਾ। ਅੰਦਰੋਂ ਸ਼ਬਦ ਨਿਕਲੇ ਮਹਾਰਾਣੀ ਜਿੰਦ ਕੌਰ ਦੇ, ਭੁੱਖ ਸੀ ਉਹਨਾਂ ਚੀਜ਼ਾਂ ਦੀ, ਪਿਆਸ ਸੀ, ਲਗਾਅ ਸੀ ਗੁਰੂ ਸਾਹਿਬ ਦੇ ਨਾਲ। ਵੇ ਤੈਨੂੰ ਈਸਾ ਦੀ ਸੂਲੀ 'ਤੇ ਯਾਦ ਰਹਿ ਗਈ, ਤੈਨੂੰ ਈਸਾ ਯਾਦ ਰਹਿ ਗਿਆ ਜਿਹੜਾ ਸੂਲੀ 'ਤੇ ਚੜ੍ਹ ਕੇ ਆਪਣਾ ਆਪ ਗਵਾ ਗਿਆ। ਭੁੱਲੇ ਤਵੀਆਂ 'ਤੇ ਤਾਰੀਆਂ ਲਾਉਣ ਵਾਲੇ, ਜਿਨ੍ਹਾਂ ਨੇ ਤਵੀਆਂ 'ਤੇ ਤਾਰੀਆਂ ਲਾਈਆਂ ਦਲੀਪ ਸਿੰਘ ਆ ਉਹਨਾਂ ਨੂੰ ਭੁੱਲ ਗਿਆ। ਤੇਰੇ ਬਾਪੂ ਨੂੰ ਤਵੀ 'ਤੇ ਬਿਠਾਇਆ ਗਿਆ ਲਾਹੌਰ ਦੀ ਧਰਤੀ 'ਤੇ, ਰਾਵੀ ਦੇ ਦਰਿਆ ਵਿੱਚ ਰੋੜ ਦਿੱਤਾ ਗਿਆ, ਦਲੀਪ ਸਿੰਘ ਦਾ ਚੇਤਾ ਨਾ ਆਇਆ। ਇੱਕ ਵਾਰ ਵੀ ਤੈਨੂੰ ਗੁਰੂ ਅਰਜਨ ਸਾਹਿਬ ਦੀ ਯਾਦ ਨਾ ਆਈ, ਤੈਨੂੰ ਦਿੱਲੀ ਦਾ ਚਾਂਦਨੀ ਚੌਂਕ ਚੇਤੇ ਨਾ ਆਇਆ। ਵੇ ਤੈਨੂੰ ਈਸਾ ਦੀ ਸੂਲੀ 'ਤੇ ਯਾਦ ਰਹਿ ਗਈ, ਭੁੱਲੇ ਤਵੀਆਂ 'ਤੇ ਤਾਰੀਆਂ ਲਾਉਣ ਵਾਲੇ, ਚੌਂਕ ਚਾਂਦਨੀ ਸੀਸ ਕਟਾਉਣ ਵਾਲੇ, ਅਤੇ ਬੱਚੇ ਆਪਣੇ ਹੱਥੀਂ ਕਹਾਉਣ ਵਾਲੇ। ਅਤੇ ਛੋਟੇ ਛੋਟੇ ਨੀਆਂ 'ਚ ਖੜ੍ਹੇ ਬੱਚਿਆਂ ਦੀ ਯਾਦ ਨਾ ਆਈ ਦਲੀਪ ਸਿੰਘ, ਤੈਨੂੰ ਤੇਰੀ ਖਾਤਰ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਵਰਗੇ ਨੀਆਂ 'ਚ ਖੜ੍ਹ ਕੇ ਤੇਰੇ ਤੋਂ ਆਪਣਾ ਆਪ ਵਾਰ ਗਏ। ਰੋਂਦੀ ਹੋਈ ਮਾਂ ਨਾ ਅੰਦਰੋਂ ਟੁੱਟ ਚੁੱਕੀ ਹੈ, ਆਪਣੇ ਪੁੱਤਰ ਨੂੰ ਆਖਰੀ ਸ਼ਬਦ ਕਹਿੰਦੀ ਹੈ। ਚੰਗਾ ਹੁੰਦਾ ਹੁੰਦਾ ਜੇ ਧਰਮ ਤੋਂ ਜਾਨ ਦਿੰਦਾ,
ਕਿੰਨਾ ਚੰਗਾ ਹੁੰਦਾ, ਤੂੰ ਧਰਮ ਤੋਂ ਆਪਣਾ ਆਪ ਬਾਹਰ ਜਾਂਦਾ। ਲੱਤਾਂ 'ਤੇ ਚੱਲ ਕੇ ਆਇਆ ਨਾ, ਚਾਰ ਮੋਢਿਆਂ 'ਤੇ ਵੀ ਤੈਨੂੰ ਚੱਕ ਕੇ ਲਿਆਉਂਦੇ, ਮੇਰੀ ਅੱਖ 'ਚੋਂ ਪਾਣੀ ਨਹੀਂ ਸੀ ਆਉਣਾ। ਪਰ ਇੰਨੀ ਗੱਲ ਮੈਨੂੰ ਆ ਕੇ ਕਹਿ ਦਿੰਦੇ ਅਗਲੇ ਵੀ, ਤੇਰੇ ਬੱਚੇ ਨੇ ਸਿੱਖੀ ਨਹੀਂ ਛੱਡੀ, ਉਹ ਸਰੀਰ ਛੱਡ ਗਿਆ। ਮੈਨੂੰ ਤੇਰੇ ਮੋਢਿਆਂ 'ਤੇ ਚੱਕ ਕੇ ਆਉਣ ਦਾ ਉਨਾ ਅਫਸੋਸ ਨਹੀਂ ਹੋਇਆ ਜਿੰਨਾ ਤੇਰਾ ਲੱਤਾਂ 'ਤੇ ਤੁਰ ਕੇ ਆਉਣ ਦਾ ਅਫਸੋਸ ਹੋਇਆ ਵੀ ਤੂੰ ਸਿੱਖੀ ਵੇਚ ਆਇਆ, ਕਲੰਗੀਧਰ ਦੀ ਮੋਹਰ ਗਵਾਇਆ। ਇੱਦੂ ਤਾਂ ਲਾਸ਼ ਬਣ ਕੇ ਆ ਜਾਂਦਾ, ਮੈਂ ਇੰਨਾ ਤਾਂ ਕਹਿਣ ਜੋਗਾ ਹੋ ਜਾਂਦੀ ਵੀ ਮੇਰਾ ਬੱਚਾ ਨਿਭਾ ਗਿਆ। ਚੰਗਾ ਹੁੰਦਾ ਜੇ ਧਰਮ ਤੋਂ ਜਾਨ ਦਿੰਦਾ, ਰਹਿੰਦੀ ਗੁਰੂ ਨੂੰ ਮੂੰਹ ਵਿਖਾਉਣ ਜੋਗੀ। ਮੈਂ ਘੱਟੋ ਘੱਟ ਆਪਣੇ ਪਾਤਸ਼ਾਹ ਦੇ ਸਾਹਮਣੇ ਆਪਣਾ ਮੂੰਹ ਤਾਂ ਵਿਖਾ ਲੈਂਦੀ ਵੀ ਪਾਤਸ਼ਾਹ ਮੈਂ ਇੱਕ ਰਾਣੀ ਨਹੀਂ ਬਣ ਸਕੀ, ਮੈਂ ਰਾਜ ਭਾਗ ਨਹੀਂ ਸਾਂਭ ਸਕੀ, ਮੈਂ ਉਹ ਹਾਰ ਨਾ ਸਾਂਭੇ, ਮੈਂ ਤਖਤ ਨਾ ਸਾਂਭਿਆ, ਮੈਂ ਤਾਜ ਨਾ ਸਾਂਭਿਆ, ਮੈਂ ਉਹ ਮਾਇਆ ਨਾ ਸਾਂਭੀ, ਮੈਂ ਪਰਜਾ 'ਤੇ ਰਾਜ ਨਾ ਕਰ ਸਕੀ। ਪਰ ਬਾਜਾਂ ਵਾਲਿਆ, ਮੈਂ ਤੇਰੀ ਦਿੱਤੀ ਹੋਈ ਦਾਤ ਨੂੰ ਗਵਾਇਆ ਥੋੜ੍ਹਾ, ਮੈਂ ਇਹ ਤਾਂ ਸੰਭਾਲ ਕੇ ਰੱਖੀ ਹੈ। ਮੇਰੇ ਕੋਲ ਮੇਰਾ ਬੱਚਾ ਆ ਜਿਹੜਾ ਤੇਰੀ ਦਿੱਤੀ ਦਾਤ ਨਾਲ ਜੁੜਿਆ ਹੋਇਆ ਆ। ਇੰਨਾ ਤਾਂ ਕਹਿਣ ਜੋਗਾ ਹੋ ਜਾਂਦੀ ਆਪਣੇ ਗੁਰੂ ਨੂੰ, ਮੈਂ ਕਿਹੜੇ ਮੂੰਹ ਨਾਲ ਜਾਵਾਂ ਉਹਦੇ ਕੋਲ। ਮੈਂ ਤਾਂ ਚੰਗੀ ਮਾਂ ਨਹੀਂ ਬਣ ਸਕੀ। ਇੱਕ ਚੰਗੀ ਮਾਂ ਹੋਣ ਦਾ, ਸਿਆਣੀ ਮਾਂ ਹੋਣ ਦਾ, ਇੱਕ ਸਿੱਖ ਦੀ ਮਾਂ ਹੋਣ ਦਾ ਵੀ ਮਾਣ ਖੋਹ ਲਿਆ ਦਲੀਪ ਸਿੰਘ ਆ ਮੇਰੇ ਤੋਂ, ਉਹ ਨਾ ਮੇਰੇ ਹਿੱਸੇ ਆਇਆ। ਚੰਗਾ ਹੁੰਦਾ ਜੇ ਧਰਮ ਤੋਂ ਜਾਨ ਦਿੰਦਾ, ਰਹਿੰਦੀ ਗੁਰੂ ਨੂੰ ਮੂੰਹ ਵਿਖਾਉਣ ਜੋਗੀ। ਹੋਛੇ ਰੇ ਪੰਜਾਬ ਦੀ ਰੂਹ ਅੱਜ ਤੜਫਦੀ ਨਾ, ਅੱਜ ਤੇ ਮਣੀਆਂ ਵਿੱਚ ਬੈਠਾ ਹੋਇਆ ਤੇਰਾ ਬਾਪੂ ਵੀ ਧਾਹਾਂ ਮਾਰਦਾ ਹੋਏਗਾ। ਘਬਰਾਇਆ ਨਹੀਂ ਸੀ ਉਸ ਦਿਨ ਉਹ, ਜਿੱਦੇ ਉਹਦੀ ਅੱਖ ਦਾ ਤਾਰਾ ਸਰਦਾਰ ਨਲੂਆ ਜਮਰੌਤ ਦੇ ਕਿਲੇ ਵਿੱਚ ਆਖਰੀ ਸਵਾਸ ਪੂਰੇ ਕਰ ਗਿਆ ਸੀ, ਮੱਥੇ ਵੱਟ ਨਹੀਂ ਸੀ ਪਾਇਆ ਉਹਨੇ। ਵੱਡੀਆਂ ਵੱਡੀਆਂ ਸਮੱਸਿਆਵਾਂ ਉਹਦੀ ਜ਼ਿੰਦਗੀ 'ਚ ਆਈਆਂ, ਉਹਨੇ ਘਬਰਾਹਟ ਨਹੀਂ ਮਹਿਸੂਸ ਕੀਤੀ ਸੀ। ਅੱਜ ਤਾਂ ਉਹ ਵੀ ਧਾਹਾਂ ਮਾਰੇਗਾ, ਅੱਜ ਤਾਂ ਉਹ ਵੀ ਕੁਰਲਾਏਗਾ। ਸ਼ੇਰੇ ਪੰਜਾਬ ਦੀ ਰੂਹ ਅੱਜ ਤੜਫਦੀ ਨਾ, ਤੇ ਰਹਿੰਦੀ ਸਿੱਖ ਦੀ ਮਾਂ ਖਵਾਉਣ ਜੋਗੀ। ਅਤੇ ਮੈਨੂੰ ਇੱਕ ਸਿੱਖ ਦੀ ਮਾਂ ਹੋਣ ਦਾ ਮਾਣ ਤਾਂ ਮਿਲ ਜਾਂਦਾ ਘੱਟੋ ਘੱਟ, ਇਹ ਵੀ ਮਾਂ ਖੋਲਿਆ, ਇਹ ਵੀ ਮਾਣ ਖੋਲਿਆ। ਅਜੇ ਮਾਂ ਆਪਣੇ ਅੰਦਰੋਂ ਨਿਕਲੇ ਹੋਏ ਪ੍ਰੇਮ ਦੇ ਸ਼ਬਦਾਂ ਨੂੰ ਬੋਲ ਕੇ ਚੁੱਪ ਕੀਤੀ ਹੈ, ਅੱਖਾਂ 'ਚ ਨੀਰ ਹੈ, ਹੱਥ ਕੰਬ ਰਹੇ ਹੈ। ਪਤਾ ਉਦੋਂ ਲੱਗਾ ਜਦੋਂ ਦਲੀਪ ਸਿੰਘ ਪੈਰਾਂ 'ਤੇ ਜਾ ਪਿਆ, ਚੱਕ ਕੇ ਕਲੇਜੇ ਨਾਲ ਆਇਆ, ਬਹੁਤ ਰੋਇਆ, ਆਂਦਾ ਮਾਂ ਉਹ ਸਾਲਾਂ 'ਚ ਨਹੀਂ ਬਦਲ ਸਕੇ, ਤੂੰ ਮਿੰਟਾਂ 'ਚ ਬਦਲ ਦਿੱਤਾ, ਮੈਂ ਆਪਣੇ ਗੁਨਾਹਾਂ ਨੂੰ ਸਵੀਕਾਰ ਕਰਦਾ, ਹੋਰ ਦੁਨੀਆ 'ਚ ਰਹਿ ਕੇ ਤੇਰਾ ਪੁੱਤ ਹੋਰ ਦਾ ਹੋਰ ਹੀ ਬਣ ਗਿਆ। ਪਰ ਭਾਗਾਂ ਵਾਲੀ ਆ ਤੇਰੀ ਮੇਰੀ ਮਾਂ, ਚੰਦ ਮਿੰਟਾਂ 'ਚੋਂ ਲੰਡਨ ਦੀ ਧਰਤੀ ਤੋਂ ਮੈਨੂੰ ਚਮਕੌਰ ਦੀ ਗੜੀ 'ਤੇ ਸਰਹੰਦ ਦੀਆਂ ਨੀਹਾਂ 'ਚ ਲਿਆ ਕੇ ਖੜ੍ਹਾ ਕਰ ਦਿੱਤਾ। ਕਿੰਨੀ ਮਾਂ ਮੇਰੀ ਸਿਆਣੀ ਅਤੇ ਸੁਲਝੀ ਹੋਈ ਹੈ। ਇਹ ਕੁੱਟ ਕੁੱਟ ਕੇ ਮੇਰੇ ਅੰਦਰ ਮਨਮਤ ਕਰਮ ਕਾਂਡ ਪਖੰਡ ਅਤੇ ਸਿੱਖੀ ਦੇ ਖਿਲਾਫ ਕੂੜ ਪ੍ਰਚਾਰ ਭਰਦੇ ਰਹੇ। ਤੇਰੇ ਪੰਜਾਂ ਕੁ ਮਿੰਟਾਂ ਦੇ ਇਤਿਹਾਸ ਨੇ ਅਤੇ ਦਿਲਾਂ 'ਚੋਂ ਨਿਕਲੇ ਸ਼ਬਦ ਨੇ ਮੇਰੇ ਅੰਦਰਲੇ ਕੂੜ ਨੂੰ ਕੱਢ ਕੇ ਬਾਹਰ ਮਾਰਿਆ। ਮੈਨੂੰ ਆਪਣੀਆਂ ਪਿਛਲੀਆਂ ਕੀਤੀਆਂ ਗਲਤੀਆਂ 'ਤੇ ਪਛਤਾਵਾ ਆ ਮਾਂ, ਗੁਰੂ ਮਾਫ਼ ਕਰਦਾ, ਤੂੰ ਮੇਰੀ ਮਾਂ ਆ, ਤੂੰ ਮਾਫ਼ ਕਰ ਦੇ। ਮੈਂ ਸਮਝਾਂਗਾ ਮੇਰੇ ਗੁਰੂ ਨੇ, ਮੇਰੇ ਪਾਤਸ਼ਾਹ ਨੇ ਮੈਨੂੰ ਮਾਫ਼ ਕਰ ਦਿੱਤਾ, ਪਿਛਲੇ ਗੁਨਾਹਾਂ ਪ੍ਰਭ ਬਖਸ਼ ਲੈ, ਆਗੇ ਮਾਰਗ ਪਾਵੇ। ਦਲੀਪ ਸਿੰਘ ਅੱਜ ਤੋਂ ਬਾਅਦ ਸਿੱਖੀ ਦਾ ਰਸਤਾ ਛੱਡ ਕੇ ਕਿਸੇ ਦੂਜੇ ਦੀ ਝੋਲੀ ਵਿੱਚ ਜਾ ਕੇ ਨਹੀਂ ਬੈਠੇਗਾ। ਆਖਰੀ ਸਵਾਸਾਂ ਤੱਕ ਉਸ ਯੋਧੇ ਨੇ ਗੁਰੂ ਨਾਨਕ ਦੀ ਦਾਤ ਨੂੰ ਸੰਭਾਲਿਆ ਆ। ਇਹ ਪ੍ਰੇਮ ਦੀਆਂ ਖੇਡਾਂ ਨੇ ਮੇਰੀਆਂ ਮਾਵਾਂ ਬੈਠੀਆਂ। ਅਸੀਂ ਜਾਗ ਜਾਈਏ ਨਾ, ਸਾਡਿਆਂ ਪੁੱਤਾਂ ਨੂੰ ਸਮੈਕ ਵੱਲ, ਚਿੱਟੇ ਵੱਲ ਅਤੇ ਸ਼ਰਾਬਾਂ ਵੱਲ ਦੁਨੀਆ ਦੀ ਕੋਈ ਵੀ ਤਾਕਤ ਲਿਜਾ ਨਹੀਂ ਸਕਦੀ।